ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਜੀ ਪ੍ਰਸ਼ਾਸਨ ਤੋਂ ਤੰਗ ਆ ਕੇ ਚੱਲਦੀ ਬਿਜਲੀ ਵਾਲੇ ਟਾਵਰ ਤੇ ਚੜ੍ਹਿਆ ਅਧਿਆਪਕ ਫਿਰ ਜੋ ਹੋਇਆ ਦੇਖ ਕੇ ਹੋਏ ਸਭ ਹੈਰਾਨ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਠੋਕਮੀ ਕਾਰਵਾਈ ਨਾ ਕਰਨ ਤੋਂ ਨਾਰਾਜ਼ ਇੱਕ ਐਲੀਮੈਂਟਰੀ ਅਧਿਆਪਕ ਮੋਬਾਈਲ ਟਾਵਰ ਤੇ ਚੜ ਗਿਆ ਤੇ ਖੁਦਕੁਸ਼ੀਆਂ ਕਰਨ ਦੀਆਂ ਧਮਕੀਆਂ ਦੇਣ ਲੱਗਾ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਅਤੇ ਐਸਪੀ ਵਿਸ਼ਾਲ ਜੀਤ ਸਿੰਘ ਅਤੇ ਐਡੀਐਸਪੀ ਸੁਰਿੰਦਰ ਸਿੰਘ ਐਸਐਚਓ ਸਿਟੀ ਗੌਰਵ ਧੀਰਾ ਤਹਿਸੀਲਦਾਰ ਮਨਵੀਰ ਸੰਘਟੇ ਲੋ ਨਾਇਬ ਤਹਿਸੀਲਦਾਰ ਰਾਜੀਵਾ ਖੋਸਲਾ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਐਂਬੂਲੈਂਸ ਗੱਡੀ ਪਹੁੰਚੀ ਅਤੇ ਟਾਵਰ ਤੇ ਚੜ੍ਹੇ ਅਧਿਆਪਕ ਨੂੰ ਥੱਲੇ ਉਤਾਰਨ ਦੀ ਕੋਸ਼ਿਸ਼ ਕਰਨ ਲੱਗੇ 2.5 ਘੰਟੇ ਦੀ ਸਖਤ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਉਸ ਨੂੰ ਥੱਲੇ ਉਤਾਰ ਲਿਆ ਗੌਰ ਹੋਵੇ ਕਿ ਸਿਟੀ ਦੇ ਐਲੀਮੈਂਟਰੀ ਅਧਿਆਪਕ ਨਿਸ਼ਾੰਤ ਕੁਮਾਰ ਉਸ ਸਮੇਂ ਰੰਤੀਰ ਕਾਲਜ ਦੇ ਸਾਹਮਣੇ ਸਥਿਤ ਮੋਬਾਈਲ ਟਾਵਰ ਤੇ ਚੜ੍ਹ ਗਿਆ ਜਦੋਂ ਉਸ ਦੇ ਘਰ ਤੋਂ ਕਰੀਬ 2 ਮਹੀਨੇ ਪਹਿਲਾਂ ਹੋਈ ਚੋਰੀ ਸੰਬੰਧੀ ਪੁਲਿਸ ਦੇ ਵੱਲੋਂ ਕੋਈ ਵੀ ਪੂਕਤਾ ਕਾਰਵਾਈ ਨਹੀਂ ਹੋਈ ਉਸ ਨੇ ਸਾਫ਼ ਕਿਹਾ ਹੈ ਕਿ ਜਰੂਰਤਾਂ ਕੋਹਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾਵੇਗਾ ਉਹ ਥੱਲੇ ਨਹੀਂ ਉਤਰਨ ਵਾਲਾ ਪੁਲਿਸ ਦੇ ਵੱਲੋਂ ਕਾਫੀ ਸਮਝਾਉਣ ਅਤੇ ਭਰੋਸਾ ਦਿਵਾਉਣ ਦੇ ਬਾਅਦ ਕਰੀਬ 2 ਘੰਟੇ ਤੋਂ ਬਾਅਦ ਉਸ ਨੂੰ ਥੱਲੇ ਉਤਾਰਿਆ ਗਿਆ ਦੱਸ ਰਿਹਾ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਨਿਸ਼ਾੰਤ ਕੁਮਾਰ ਕਈ ਵਾਰ ਟਾਵਰ ਤੇ ਚੜ ਚੁੱਕਿਆ ਹੈ ਡੀਐਸਪੀ ਸੁਰੇਂਦਰ ਸੰਗੜਾ ਕਹਿਣਾ ਹੈ ਕਿ ਨਿਸ਼ਾੰਤ ਕੁਮਾਰ ਦੇ ਘਰ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਪੁਲਿਸ ਅਬਰੀਕੇ ਦੇ ਨਾਲ ਜਾਣਕਾਰੀ ਅਤੇ ਸ਼ੱਕੀ ਪਾਏ ਜਾਣ ਵਾਲੇ ਲੋਕਾਂ ਨੂੰ ਬੁਲਾ ਕੇ ਪੁਲਿਸ ਪੁੱਛਗਿੱਛ ਵੀ ਕਰ ਰਹੀ ਹੈ